ਦਰਸ਼ ਵੀਡੀਓ ਬਹੁਤ ਫਿਟ ਲੱਖ 21,000 ਅਸੀਂ ਕਹਿ ਚਲੋ ਧੰਨਵਾਦ ਕਰਦੇ ਬਾਬਾ ਜੀ ਵੱਲੋਂ ਸਕੂਲ ਦੀ ਟੀਮ ਵੱਲੋਂ ਬੇਨਤੀ ਹੈ ਵੀ ਜਿਹੜੇ ਵਿੱਚ ਵੀ ਨੇ ਸਾਰੇ ਬਾਹਰ ਆ ਜਾਓ ਦੋ ਕੁੱਤੇ ਦੋ ਰੈਫਰੀ ਜਿਹੜਾ ਮੈਦਾਨ 'ਚ ਰਹਿਣਗੇ ਬਾਕੀ ਸਾਰੇ ਬਾਹਰ ਹੋ ਜਾਓ ਬਾਬਾ ਜੀ ਇੱਧਰ ਸਟੇਜ ਤੇ ਪੈਸੇ ਕਰਨੇ ਨਗਰ ਕਮੇਟੀ ਵਾਲੀ ਸਾਈਡ ਛੋਟੀ ਬਾਬੇ ਦਾ ਆਨੰਦ ਜਗ੍ਹਾ ਬਾਈ ਘੁੰਮੇ ਜਾਓ ਘੁੰਮੇ ਜਾਓ ਯਾਰ ਇੱਕ ਫੋਟੋਗ੍ਰਾਫਰ ਨੂੰ ਬੁਲਾ ਲਿਆ ਸਹਿਜ ਨੂੰ ਧੰਨਵਾਦ ਕਰਦੇ ਹਾਂ ਸਾਡੇ ਉਹ ਸਤਿਕਾਰ ਯੋਗ ਬਲਵਿੰਦਰ ਸਿੰਘ ਜੀ ਕਾਲੂ ਵੀ ਪਰਮਾ ਸਹਿਯੋਗ ਇਹਨਾਂ ਵੀਰਾਂ ਦੇ ਨਾਲ ਜਿਨ੍ਹਾਂ ਨੇ 1,21,000 ਦਾ ਸਹਿਯੋਗ ਦਿੱਤਾ ਉਹ ਵੀ ਪਰਮਾ ਸਹਿਯੋਗ ਦਿੰਦੇ ਨੇ ਬਲਵਿੰਦਰ ਸਿੰਘ ਜੀ ਕਾਲੂ ਬਲਵਿੰਦਰ ਸਿੰਘ ਜੀ ਕਾਲੂ ਕਹਿੰਦੀ ਬੜੇ ਸਹਿਯੋਗ ਜੀ ਅੱਜ ਸਟਰਗਲ ਨੂੰ ਭਗਤ ਸੋਮਨਾ ਜੀ ਟਕਰੇ ਹੋਏ ਇੱਕ ਬੱਚੀ ਟੀਮ ਹੈਲੋ ਭਾਈ ਸਾਰੀ ਸੰਗਤ ਨੂੰ ਆ ਜੋੜ ਕੇ ਬੇਨਤੀ ਹੈ ਕਿ ਇੰਨਾ ਪੈਸਾ ਤੁਸੀਂ ਦਿੱਤਾ ਥੋੜਾ ਜੀ ਤੁਸੀਂ ਪੈਸਾ ਦਿੱਤਾ ਆਪਾਂ ਲਾਇਆ ਤੁਹਾਡੇ ਜੋ ਨਾਲ ਸੰਗਤ ਹੋਇਆ ਹੱਥ ਜੋੜ ਕੇ ਬੇਨਤੀ ਹੈ ਕਿ ਸੰਗਤ ਨੂੰ ਸਿਰੇ ਚੜਾਓ ਆਸੋ ਕਰੋ ਪਿਆਰ ਗੱਲ ਬੈਠੋ ਨਾ ਸ਼ੋਰ ਨਾ ਸ਼ਰਾਬਾ ਕਿਉਂਕਿ ਇਹ ਨਗਰ ਤੋਂ ਆ ਜਾਈਏ ਆਪਾਂ ਨਹੀਂ ਰਹਿਣਾ ਹਮੇਸ਼ਾ ਤੁਹਾਡੇ ਕਰਕੇ ਕਰਾ ਰਹੇ ਹਾਂ ਜੇ ਤੁਹਾਡਾ ਲੋਕ ਨਹੀਂ ਹੋਊਗਾ ਤਾਂ ਆਪਾਂ ਕੁਛ ਨਹੀਂ ਕਰਾ ਸਕਦੇ ਹੁਣ ਆਪਣੇ ਬੰਦੇ ਜੇ ਇੰਨਾ ਰੌਲਾ ਪਾਉਂਗੇ ਸਮੇਂ ਸਿਰ ਕਿੱਥੇ ਕੰਮ ਹੋ 4,70,000 ਜਾ ਕੇ ਟਰੈਕਟਰ ਦੇ ਉੱਪਰ ਚੜ ਰਹੇ ਆ ਪਬਲਿਕ ਨੂੰ ਕਹਿੰਦੇ ਵੀ ਇਹ ਤੁਹਾਡਾ ਪੈਸਾ ਨਹੀਂ ਲਗਿਆ ਵਾ ਇਹ ਪਬਲਿਕ ਦਾ ਪੈਸਾ ਲਗਿਆ ਵਾ ਪਬਲਿਕ ਜੇ ਪੈਸਾ ਪਹਿਲਵਾਨਾਂ ਨੂੰ ਜਾ ਰਿਹਾ ਤਾਂ ਤੁਹਾਡੇ ਲੋਕ ਤੁਸੀਂ ਆਪਣੇ ਪੈਸੇ ਤੇ ਆਪਣੇ ਪੀਰੇ ਪੈਰ ਪੀਰੇ ਉੱਪਰ ਪੈਰ ਰੱਖ ਜਾਓਗੇ ਇਹ ਲਾਲਾ ਵਾਲੀ ਦੀ ਪੀਰ ਦੀ ਕੁਸ਼ਤੀ ਹੈ ਜਿੱਥੇ ਆਪਾਂ ਤੁਸੀਂ ਰੌਲਾ ਪਾ ਰਹੇ ਹੋ ਜਿੱਥੇ ਆਪਾਂ ਚੜ ਰਹੇ ਹੋ ਇਹ ਲਾਲਾ ਵਾਲੇ ਪੀਰ ਦੇ ਜੇ ਤਾਂ ਤੁਸੀਂ ਲਾਲਾ ਵਾਲੇ ਪੀਰ ਨੂੰ ਨਹੀਂ ਮੰਨਦੇ ਫਿਰ ਜਿੱਦਾਂ ਮਰਜ਼ੀ ਰੌਲਾ ਪਾਓ ਜਿੱਦਾਂ ਮਰਜ਼ੀ ਜਾਂ ਡੰਗਰ ਚਾੜ ਕੇ ਵਿੱਚ ਬੈਠ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤਾਲੀ ਮਾਰ ਕੇ ਸਭ ਨੂੰ ਚੰਗੇ ਨੂੰ 100 ਕਰੋੜਾਂ ਨਾਲ ਕਿਸੇ ਵਾਸਤੇ ਸੁੱਖਾ ਜਹਾਜ਼ ਕਿਸੇ ਵਾਸਤੇ ਰੋਟਾ ਰੋਡ ਦੀ ਰੋਟਾ ਜੇ ਤੁਹਾਡਾ ਪੈਸਾ ਤੁਹਾਡੇ ਚੁੱਕੀ ਦਿੱਤਾ ਮੈਂ ਨਹੀਂ ਕੰਮਾ ਮਾ ਰਿਹਾ ਪੂਰਾ ਮਾਕੇ ਦਾ ਸ਼ੋਰ ਹੈ ਇਸ ਡੰਗਰ ਨੂੰ ਬਾਹਰ ਕਰਨ ਵਾਸਤੇ ਕਈ ਪੈਰਾਂ ਮਾਨਾਂ ਦੀ ਸਾਡੀ ਸੁੱਕਾਈ ਗਈ ਲੇਕਿਨ ਪਰਮਾਤਮਾ ਬਹੁਤ ਬੜਾ ਹੈ ਹੁਣ ਕੋਈ ਨਹੀਂ ਹਰਾ ਸਕਦਾ ਜਿੱਥੇ ਪਰਮਾਤਮਾ ਬੈਠਾ ਉੱਥੇ ਕੋਈ ਨਹੀਂ ਹਰਾ ਸਕਦਾ ਜਿੱਥੇ ਜਾਣਾ ਧਿਆਨ ਦਿਓ ਇਹ ਸੰਗਤ ਬਹੁਤ ਔਖਾ ਸਿਰੇ ਕਰ ਰਿਹਾ ਹੈ ਇਹਨਾਂ ਸੰਗਤ ਕਰਾਉਣ ਨੂੰ ਜੋ ਵੀ ਲੱਗਿਆ ਜਿੰਨਾ ਸੰਗਤ ਫੇਲ ਕਰਨ ਲਈ ਜੋ ਲੱਗਿਆ ਲੋ ਜੀ ਗੋਬਿੰਦ ਜੀ ਪਲੀਜ਼ ਸਹਿਯੋਗ ਦਿਓ ਜੇ ਤੁਸੀਂ ਚਾਹੁੰਦੇ ਹਾਸਾ ਨਗਰ ਹੋਵੇ ਤਾਂ ਤੁਹਾਡੀ ਇੱਛਾ ਹੈ ਕਿਉਂਕਿ ਇਹ ਦੰਗਲ ਕਰਵਾਉਣ ਲਈ ਜਿੰਨਾ ਜ਼ੋਰ ਲੱਗਿਆ ਉਸ ਤੋਂ ਬਿਨਾਂ ਬਾਬਾ ਜੀ ਨੇ ਪਹਿਲਾਂ ਹੀ ਦੱਸਤਾ ਵੀ ਫੇਲ ਕਰਨ ਦੇ ਵਿੱਚ ਵੱਧ ਜ਼ੋਰ ਲੱਗਿਆ ਹੋਇਆ ਜਦਕਿ ਕੋਈ ਵੀ ਸਾਡਾ ਆਪਣਾ ਪਹਿਲਵਾਨ ਨਹੀਂ ਹੈਗਾ ਸਾਰਾ ਪਹਿਲਵਾਨ ਅਸੀਂ ਕਰੋ ਸਕਦੇ ਨੇ ਤੁਹਾਡਾ ਸਹਿਯੋਗ ਚਾਹੀਦਾ ਦੰਗਲ ਅੱਗੇ ਨੂੰ ਇਹ ਤਾਂ ਵੀ ਵਧੀਆ